ਹਾਂਜੀ ਫਿਰ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਆ ਜੀ ਤੁਹਾਡਾ ਮਨਪਸੰਦ ਦੀ ਸ਼ੋਅ ਲੈ ਕੇ ਜਿਸ ਦਾ ਨਾਮ ਹੈ ਮਹਿਫਿਲ। ਲਓ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਜੀ ਲਗਾਤਾਰ। ਇੱਧਰ ਸਾਡੇ ਅੰਕਲ ਜੀ ਬੈਠੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਆ ਜੀ? ਹਰਦੇਵ ਸਿੰਘ। ਆ ਬਾਪੂ ਸਮਾਈਲ ਬੜੀ ਸੋਹਣੀ ਹੈ। ਹਰਦੇਵ ਸਿੰਘ ਜੀ ਕੀ ਕਰਦੇ ਆਪ ਜੀ? ਇਸ ਟਾਈਮ ਦਾ ਪੰਚਾਇਤ ਮੈਂਬਰ ਹਾਂ, ਪਹਿਲਾਂ ਮੈਂ ਗੱਡੀ ਤੇ ਰਿਹਾ ਸਾਡੀ ਉਮਰ ਗੱਡੀ। ਅੱਛਾ ਜੀ, ਸਾਰੇ ਡਰਾਈਵਰ ਬਹੁਤ ਇਸ ਪਿੰਡ ਵਿੱਚ ਹੈ। ਡਰਾਈਵਰ ਕਰਦੇ ਕਿ ਪਿੰਡ ਛੋਟਾ ਸੀਗਾ, ਵੈਲੀ ਥੋੜ੍ਹੀ ਸੀ, ਬਾਹਰ ਨਹੀਂ ਭੱਜਣਾ ਸੀ। ਪਿੰਡ ਦੇ ਵਿੱਚ ਹੋਰ ਕੀ ਹੋ ਰਿਹਾ, ਤੁਹਾਡਾ ਕੀ ਕਰਨ ਦਾ ਇਰਾਦਾ? ਪਿੰਡ ਵਿੱਚ ਹੁਣ ਤਾਂ ਭੰਗ ਹੋ ਗਈਆਂ, ਪੰਚਾਇਤ ਖੇਡਾਂ ਖਤਮ ਹੋਣਾ, ਨਵੀਂ ਪੰਚਾਇਤ ਸੋਚੂਗੀ। ਅੱਛਾ, ਨਵੀਂ ਪੰਚਾਇਤ ਸੋਚੂਗੀ। ਆਪ ਜੀ ਦੀ ਜ਼ਿੰਮੇਵਾਰੀ ਖਤਮ ਹੋ ਗਈ? ਹਾਂਜੀ ਖਤਮ। ਆਪ ਜੀ ਫ੍ਰੀ ਹੋਣ? ਹਾਂਜੀ। ਕੀ ਨਾਮ ਜੀ ਆਪ ਜੀ? ਗੁਰਮੀਤ ਕੌਰ। ਗੁਰਮੀਤ ਕੌਰ ਜੀ ਕੀ ਕਰਦੇ ਜੀ ਆਪ ਜੀ? ਘਰੇਲੂ ਕੰਮ। ਘਰੇਲੂ ਕੰਮ, ਠੀਕ ਹੈ ਜੀ। ਪੜ੍ਹਾਈ ਕੀਤੀ ਕਿ ਨਹੀਂ ਆਪ ਨੇ? ਉਹ ਕੀਤੀ, ਥੋੜ੍ਹੀ ਕੀਤੀ। ਥੋੜ੍ਹੀ ਕੀਤੀ? ਹਾਂਜੀ। ਕਿੰਨੀ ਕੀਤੀ ਜੀ? 10 ਤੱਕ। ਕੀ ਕਾਰਨ ਸੀ ਤੁਸੀਂ ਹਟ ਗਏ? ਬਸ ਵਿਆਹ ਤਾਂ। ਅੱਛਾ ਜੀ, ਵਿਆਹ ਤਾਂ? ਕਿਉਂ? ਉਹ ਤਾਂ ਛੋਟੇ ਛੋਟੇ ਨੂੰ ਵਿਆਹ ਦਿੰਦੇ ਸੀ। ਅੱਛਾ ਜੀ, ਹਾਂਜੀ। ਫੈਮਿਲੀ ਵਿੱਚ ਕਿੰਨੇ ਬੱਚੇ ਨੇ? 2 ਬੇਟੇ। ਠੀਕ ਹੈ ਜੀ, ਕੀ ਕਰਦੇ ਨੇ? ਇੱਕ ਫੌਜ 'ਚ ਭਰਤੀ ਆ। ਚਲੋ ਜੀ, ਇੱਕ ਪੜ੍ਹਦਾ। ਫਿਰ ਤਾਂ ਤੁਸੀਂ ਪੂਰੇ ਹੈ ਘੈਂਟ ਹੋ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਜੀ ਆਪ ਜੀ ਦਾ? ਰਜਿੰਦਰ ਕੌਰ ਲਾਡੀ। ਆਪ ਜੀ ਕੀ ਕਰਦੇ ਜੀ ਇਸ ਟਾਈਮ? ਜੀ ਮੈਂ ਹਾਊਸ ਵਾਈਫ ਹਾਂ ਜੀ। ਇਸ ਤੋਂ ਪਹਿਲਾਂ? ਸਰਦਾਰ ਜੀ ਅਮਰੀਕਾ 'ਚ ਆ। ਅਮਰੀਕਾ 'ਚ? ਬੇਟਾ ਵੀ ਅਮਰੀਕਾ 'ਚ ਆ, ਮੈਂ ਵੀ ਅਮਰੀਕਾ ਦੀ ਗ੍ਰੀਨ ਕਾਰਡ ਹੋਲਡਰ ਹਾਂ। ਅੱਛਾ ਜੀ, ਕੀ ਬਾਤ ਹੈ ਜੀ। ਆਪ ਜੀ ਕਿੰਨਾ ਟਾਈਮ ਲਾ ਗਏ ਕਿ? ਮੈਂ ਸਨ 96 ਤੋਂ ਆਉਂਦੀ ਜਾਂਦੀ ਹਾਂ। ਅੱਛਾ ਜੀ, ਆਉਂਦੀ? ਹਾਂਜੀ, ਠੀਕ ਹੈ ਜੀ। ਜਦੋਂ ਉਧਰ ਜਾਂਦੇ ਹੋ, ਇੱਧਰ ਜਾਂਦੇ, ਫਿਰ ਇੱਧਰ ਜ਼ਿਆਦਾ ਮਿਸ ਕਰਦੇ ਕਿ ਜਦੋਂ ਉਧਰ ਆਉਂਦੇ ਇੱਧਰ ਮਿਸ ਕਰਦੇ? ਨਹੀਂ, ਇਹੀ ਬਹੁਤ ਵਧੀਆ ਲੱਗਦਾ, ਇੰਡੀਆ ਹੀ ਬਹੁਤ ਵਧੀਆ, ਤਾਂ ਹੀ ਇੱਥੇ ਬੈਠੇ ਹਾਂ। ਅੱਛਾ, ਇੱਥੇ ਬੈਠੇ? ਹਾਂਜੀ ਹਾਂਜੀ। ਅੱਛਾ, ਤੁਸੀਂ ਦੇਖਦੇ ਕਿ ਇੱਥੇ ਵਧੀਆ ਵਾਤਾਵਰਨ, ਖੁੱਲ੍ਹਾ ਮਾਹੌਲ, ਵਧੀਆ ਆਪਸ ਵਿੱਚ ਮੇਲ ਮਿਲਾਪ ਹੈ, ਹੈ ਨਾ? ਬਿਲਕੁਲ ਜੀ, ਰਿਸ਼ਤੇਦਾਰਾਂ ਨੂੰ ਮਿਲ ਰਹੇ ਹੈ ਨਾ? ਬਿਲਕੁਲ ਬਿਲਕੁਲ ਪੁੱਤਰਾ, ਬਿਲਕੁਲ। ਫਿਰ ਉਹ ਜੋ ਚੀਜ਼ਾਂ ਇਹ ਪੁਰਾਣੀਆਂ, ਇਹ ਮੇਰੇ ਬੇਟੇ ਦੀ ਪਸੰਦ ਆ, ਉਹ ਇਹਨਾਂ ਨੂੰ ਚਾਹੁੰਦਾ ਤੇ ਉਹਨੇ ਬਣਾਈਆਂ। ਜਿਹੜਾ ਜੋ ਵੀ ਪੁਰਾਣਾ ਸੱਭਿਆਚਾਰ? ਸੱਭਿਆਚਾਰ ਬਹੁਤ ਉਹ। ਹਾਂਜੀ, ਕਿੰਨੇ ਟਾਈਮ ਤੋਂ ਇਹ ਆਪਣੇ ਘਰ ਦੇ ਵਿੱਚ ਜੋ ਚੀਜ਼ ਬਣੀ? ਇਹਨੂੰ ਬਣੇ ਨੂੰ 7 ਸਾਲ ਹੋ ਗਏ। ਵੈਸੇ ਪੁਰਾਣੇ ਮੋਟਰਸਾਈਕਲ, ਪੁਰਾਣੀ ਗੱਡੀ, ਪੁਰਾਣਾ ਪਿੱਤਲ ਦਾ ਸਮਾਨ ਜੋ ਵੀ ਆ ਉਹ ਉਹਨੂੰ ਲਾਈਕ ਕਰਦਾ ਤੇ ਬਹੁਤ। ਕੀ ਬਾਤ ਹੈ! ਸਾਡੇ ਪੁਰਾਣੇ ਜਿਹੜਾ ਜਿੰਨਾ ਵੀ ਸਮਾਨ ਸੀ ਕਿਹੜੀ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦਾ? ਇਹ ਜੀ ਵੱਖ ਵੱਖ ਜਗ੍ਹਾ ਤੋਂ, ਜਿਵੇਂ ਕੋਕਰੀ ਤੋਂ ਅਸੀਂ ਪਿੱਤਲ ਦਾ ਸਮਾਨ ਬਹੁਤ ਲਿਆਂਦਾ, 125 ਸਾਲ ਪੁਰਾਣਾ ਉੱਥੋਂ ਸੰਦੂਕ ਲਿਆਂਦੇ ਆ ਜੀ, ਤੇ ਹੋਰ ਇਹ ਕੱਚੀਆਂ ਇੱਟਾਂ ਪਥਾ ਕੇ ਘਰ ਫਿਰ ਇਹ ਬਣਾਇਆ, ਕੱਚੀਆਂ ਇੱਟਾਂ ਦਾ ਸਾਰਾ, ਤੇ ਹੋਰ ਉਹ ਜਿੱਥੋਂ ਵੀ ਉਹਨੂੰ ਕੋਈ ਪੁਰਾਣਾ ਸਮਾਨ ਮਿਲਦਾ ਉਹ ਉੱਥੋਂ ਲੈ ਕੇ ਆਉਂਦਾ, ਚੱਕ ਲਿਆਉਂਦੇ। ਹਾਂਜੀ, ਵੈਸੇ ਉੱਧਰ ਕੀ ਕਰਦੇ ਨੇ ਅਮਰੀਕਾ ਦੇ ਵਿੱਚ? ਉੱਧਰ ਟੈਕਸੀ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਬੇਬੇ, ਚੱਪਲਾਂ ਲਾ ਕੇ ਬੈਠੀ ਭੱਜਣਾ ਹੈ? ਨਹੀਂ ਭੱਜਦੇ। ਅੱਛਾ ਅੱਛਾ, ਮੈਂ ਕਹਿੰਦਾ ਬੇਬੇ ਤਿਆਰੀ 'ਚ ਬੈਠੀ ਸਾਡੀ ਹੈ। ਠੀਕ ਹੈ, ਜਦੋਂ ਤੁਸੀਂ ਪਿੰਡ ਦੇ ਵਿੱਚ ਆਏ ਕਿਸ ਤਰ੍ਹਾਂ ਦਾ ਮਾਹੌਲ ਸੀ ਪਹਿਲਾਂ ਪਿੰਡ ਦਾ? ਵਧੀਆ ਸੀ ਜੀ। ਅੱਛਾ ਜੀ, ਹਾਂਜੀ। ਕਿੰਨੇ ਕੁ ਘਰ ਉਦੋਂ ਕੱਚੇ ਸੀਗੇ? ਸਾਰੇ ਕੱਚੇ ਸੀ, ਮੈਂ ਵੀ ਕੱਚੇ ਘਰ 'ਚ ਆਈ ਸੀ, ਮੇਰੇ ਪੇਕਿਆਂ ਦੇ ਘਰੇ ਪੱਕਾ ਘਰ ਸੀ। ਠੀਕ ਹੈ ਜੀ। ਹਾਂਜੀ, ਮੈਨੂੰ ਓਪਰਾ ਬਹੁਤ ਲੱਗਦਾ ਸੀ। ਓਪਰਾ ਲੱਗਦਾ? ਤੁਹਾਡੇ ਜਿਹੜੇ ਪੇਕੇ ਸੀ ਉੱਥੇ ਪੱਕਾ ਸੀ? ਹੈ, ਪੱਕਾ ਸੀ। ਇੱਥੇ ਕੱਚਾ ਸੀ? ਕੱਚਾ ਸੀ, ਮੈਂ ਆਪਦੇ ਪਿਓ ਨਾਲ ਲੜਦੀ ਸੀ। ਅੱਛਾ ਜੀ, ਵੀ ਮੈਨੂੰ ਇਹੋ ਜਿਹਾ ਘਰ ਪਾਲ ਕੇ ਦੋ। ਓਹੋ, ਤੇ ਮੈਨੂੰ ਇਹੋ ਜਿਹਾ ਘਰ ਲੱਭਦਾ, ਮੈਂ ਤੇਰਾ ਕੀ ਕਰਦਾ ਬਾਬਲਾ, ਵੀ ਤੂੰ ਮੈਨੂੰ ਕੱਚੇ ਘਰ ਵਿਆਹਤਾ। ਕੱਚਾ ਘਰ ਲੱਭਤਾ? ਅੱਛਾ ਜੀ, ਹਾਂਜੀ। ਫਿਰ ਹੌਲੀ ਹੌਲੀ ਜੀ ਲਾਉਣਾ ਪਿਆ। ਫਿਰ ਜੀ ਲਾਉਣਾ ਪਿਆ, ਹੈ ਨਾ? ਠੀਕ ਹੈ। ਫਿਰ ਹੌਲੀ ਹੌਲੀ ਮਾਲ ਨੇ ਸੁਣੀ ਤੁਸੀਂ ਮਿਹਨਤ ਕੀਤੀ ਨਾਲ? ਹਾਂ, ਅਤੇ ਗਰੀਬੀ ਸੀ ਜੀ ਇੱਥੇ। ਅੱਛਾ ਅੱਛਾ ਜੀ, ਬੱਚੇ ਪਾਲੇ ਜੀ, ਪੜ੍ਹਾਏ ਜੀ, ਗਰੀਬੀ ਦੇ ਵਿੱਚ ਜੀ ਜੀ। ਫਿਰ ਅਕਵਾਲ ਨੇ ਬਿਜਲੀ ਦਾ ਕੰਮ ਸਿੱਖਿਆ ਜੀ ਜੀ। ਫਿਰ ਉਹਨੇ ਬਾਪੂ ਜੀ ਕਾਰ ਦੀ ਨਾ? ਅੱਛਾ ਜੀ, ਬੇਟੇ ਦੇ ਮੇਰੇ ਨੇ ਵੱਡੇ ਨੇ। ਅੱਛਾ, ਵੱਡੇ ਬੇਟੇ ਯਾਰ ਮੇਰੇ ਨੇ ਜੀ ਜੀ। ਉਹਨੇ ਫਿਰ ਕਮਾਈ ਕਰਕੇ ਕੁੜੀ ਪੜ੍ਹਾਈ ਜੀ, ਪੜ੍ਹਾਈ ਕਰਕੇ ਉਹਨੂੰ ਆਈਲੈਟਸ ਕਰਾਇਆ, ਕੁੜੀ ਕੈਨੇਡਾ ਭੇਜੀ। ਅੱਛਾ ਜੀ, ਦੋਹਾਂ ਬੱਚਿਆਂ ਨੇ ਵਧੀਆ ਹਾਲਾਤ ਉਦੋਂ ਤਾਂ ਮੰਦੇ ਸੀ। ਹਾਂ, ਚਲੋ ਮਿਹਨਤ ਦੀ ਗੱਲ, ਕਿਤੇ ਤੱਕ ਮਿਹਨਤ ਜਿਹੜੀ ਆਪਾਂ ਲੱਗੇ ਲੈ ਗਏ, ਹੈ ਨਾ? ਇਸ ਦਾ ਮਾਣ ਨਾ ਕਰੀਏ ਵੀ ਹੁਣ ਦੇਤਾ ਮਹਾਰਾਜ ਨੇ ਜੀ ਜੀ। ਨਹੀਂ, ਬਿਲਕੁਲ, ਤੇ ਚੇਤੇ ਰੱਖਣੀ ਚਾਹੀਦੀ ਹੈ ਗਰੀਬੀ। ਪੜ੍ਹੇ ਵੀ ਆਪ ਜੀ ਕਿ ਨਹੀਂ? ਮੈਂ 5-6। ਠੀਕ ਹੈ ਜੀ। ਅੱਛਾ, ਉਦੋਂ ਸਕੂਲ ਪੈਦਲ ਜਾਂਦੇ ਹੁੰਦੇ ਸੀ ਜਾਂ ਬਹੁਤ ਜ਼ਿਆਦਾ ਯਾਤਰਾ ਕਰਕੇ ਰਾਜੀ? ਅੱਛਾ, ਕਿੰਨੇ ਕਿਲੋਮੀਟਰ ਜਾਂਦੇ? 3 ਮੀਟਰ ਤਾਂ ਹੋ ਹੀ ਜਾਂਦੀ ਸੀ ਨਾ। ਅੱਛਾ, ਡੇਲੀ? ਡੇਲੀ 3 ਮੀਟਰ। ਠੀਕ ਹੈ, ਡੇਲੀ 3 ਮੀਟਰ ਆਉਣ ਦੀ, 3 ਮੀਟਰ ਜਾਣ ਦੀ, ਕਿਉਂਕਿ ਸਾਡੇ ਜੂਹਾਂ ਬਹੁਤ ਲੰਮੀਆਂ, ਮੈਂ ਸੰਗਰੂਰ ਜ਼ਿਲ੍ਹੇ ਦੀ ਹਾਂ ਜੀ, ਅਤੇ ਜੂਹਾਂ ਲੰਮੀਆਂ ਕਰਕੇ ਵੀ ਜਾਣੀ ਤੁਰ ਕੇ ਜਾ ਬਹੁਤ ਜ਼ਿਆਦਾ ਦੂਰ ਜਾਣਾ ਪੈਂਦਾ ਸੀ ਜੀ ਜੀ, ਅਤੇ ਖੇਤਾਂ 'ਚੋਂ ਤੁਰ ਕੇ ਹੀ ਆਉਂਦੇ ਹੁੰਦੇ ਸੀ। 6 ਕਿਲੋਮੀਟਰ ਤਾਂ ਆਮ ਹੀ ਹੋ ਜਾਂਦੀ ਸੀ। 6 ਕਿਲੋਮੀਟਰ? 6 ਕਿਲੋਮੀਟਰ ਡੇਲੀ ਅਪ ਡਾਊਨ ਕਰਦੇ? ਡੇਲੀ। ਕੀ ਕਰਦੇ ਜੀ ਆਪ ਜੀ? ਮੈਂ ਡਰਾਈਵਰੀ ਕਰਦਾ, ਖੇਤੀ ਕਰਦਾ ਸੀ। ਅੱਛਾ, ਡਰਾਈਵਰੀ, ਮੈਨੂੰ ਲੱਗਦਾ ਨਾਲ ਨਾਲ ਐਕਟਿੰਗ ਕਰਦੇ ਜੀ, ਕਿਆ ਬਾਤ ਹੈ! ਕਰਨੀ ਪੈਂਦੀ ਹੈ। ਅੱਛਾ ਜੀ, ਕਿਆ ਬਾਤ ਹੈ! ਫਿਲਮਾਂ ਕਿੰਨੀਆਂ ਕੁ ਦੇਖਦੇ ਹੋ? ਫਿਲਮ ਤਾਂ ਅੱਜ ਤੱਕ ਕੋਈ ਨਹੀਂ ਦੇਖੀ। ਅੱਛਾ ਜੀ। ਅੱਛਾ, ਨੋਰਮਲ ਲਾਈਫ ਦੇ ਵਿੱਚ ਜਿਸ ਤਰ੍ਹਾਂ ਕਈ ਵਾਰੀ ਘਰੇ ਕੋਈ ਥੋੜ੍ਹੀ ਬਹੁਤੀ ਲੜਾਈ ਝਗੜਾ ਹੁੰਦਾ, ਤੇ ਫਿਰ ਕਿੱਦਾਂ ਆਂਟੀ ਜੀ ਨੂੰ ਕਹਿੰਦੇ ਹੁੰਦੇ ਆ, ਮੇਰਾ ਪਾਣੀ ਨਹੀਂ ਗਰਮ ਕੀਤਾ ਜਾਂ ਮੇਰੇ ਕੱਪੜੇ ਨਹੀਂ ਪ੍ਰੈਸ ਕੀਤੇ? ਉਹ ਤਾਂ ਭਰਾਵਾ ਆਪ ਹੀ ਕਰ ਲਈਦੀ ਹੈ। ਅੱਛਾ, ਆਪ ਕਰ ਲਈਦੀ ਹੈ? ਡਰਾਈਵਰਾਂ ਨੂੰ ਆਦਤ ਹੀ ਹੁੰਦੀ ਆਪ ਕਰਨ ਦੀ। ਅੱਛਾ, ਆਪ ਹੁੰਦੀ ਆ?
ਵੀ ਬਸ ਨਹੀਂ ਕੋਈ ਪ੍ਰੋਬਲਮ ਨਹੀਂ ਗੀ ਜੇ ਆਪਾਂ ਘੁੱਗੇ ਜੇ ਬਣ ਕੇ ਤੁਰੇ ਫਿਰਾਂਗੇ ਤਾਂ ਫਿਰ ਤਾਂ ਹੋਣਾ ਹੀ ਹੋਣਾ ਫਿਰ ਤਾਂ ਅਗਲੇ ਨੇ ਆਉਣਾ ਹੀ ਹੋਣਾ ਦਿੱਲੀ ਇਹ ਆ ਵੀ ਜੇ ਕੰਮ ਪੁੱਛ ਕੇ ਕਰਨਾ ਪੈਂਦਾ ਜੀ ਜੇ ਕਰਨਾ ਹੋਵੇ ਇਹ ਕੰਮ ਕਰਦੇ ਪੈਸੇ ਬਾਅਦ ਚ ਪੁੱਛੇਗਾ ਬਸ ਫਿਰ ਤਾਂ ਮੇਰਾ ਜਿਹੜਾ ਫਾਦਰ ਸੀ ਉਹ ਵੇਟ ਲਿਫਟਿੰਗ ਸੀ ਪਲੀਜ਼ ਜੀ ਵੇਟ ਲਿਫਟਿੰਗ ਸੀ ਜੀ ਸਰ ਸਾਡੇ 5 ਮਣ ਪੱਕਾ ਭਾਰ ਚੱਕਦਾ ਸੀ ਕੀ ਬਾਤ ਹੈ ਜੀ ਹਾਂ ਤੇ ਮੇਰਾ ਬੇਟਾ ਬਾਸਕਟਬਾਲ ਇੰਟਰਨੈਸ਼ਨਲ ਪਲੇਅਰ ਆ ਜ਼ੋਰਦਾਰ ਤਾੜੀਆਂ ਜੀ ਸਰ ਦੀ ਲਈ ਔਰ ਉਹਦੀ ਹਾਈਟ ਹੈਗੀ 6 ਫੁੱਟ 9 ਇੰਚ ਜੀ ਸਰ ਤੇ ਉਹ 5 ਦੇਸ਼ਾਂ ਜਾ ਆਇਆ ਖੇਡ ਠੀਕ ਹੈ ਸਰ ਕਿਹੜੀ ਕੰਟਰੀ ਚ ਗਿਆ ਉਹ ਪਹਿਲੋਂ ਰਸ਼ੀਆ ਗਿਆ ਜੀ ਸਰ 2 ਵਾਰੀ ਚਾਈਨਾ ਗਿਆ ਇੱਕ ਵਾਰੀ ਥਾਈਲੈਂਡ ਚੋਂ ਮੈਡਲ ਲੈ ਕੇ ਆਇਆ ਬਰਾਊਨ ਮੈਡਲ ਜੀ ਤੇ ਕਤਰ ਗਿਆ 3 ਵਾਰੀ ਅਮਰੀਕਾ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਜੀ ਬਹੁਤ ਹੀ ਅੱਛੀ ਸੋਚ ਦੇ ਮਾਲਕ ਔਰ ਬਹੁਤ ਹੀ ਅੱਛੀ ਇਹਨਾਂ ਨੇ ਦੱਸਿਆ ਕਿ ਆਪਣੇ ਬੇਟੇ ਬਾਰੇ ਇੱਕ ਵਾਰੀ ਦੀ ਹੋਰ ਮੇਰੀ ਲਾਈਫ ਦੀ ਆ ਜੀ ਹਾਂ ਕਰਨਾ ਇੱਕ ਵਾਰੀ ਮੈਂ ਜਾਂਦਾ ਸੀ ਦਿੱਲੀ ਨੂੰ ਸਵਾਰੀਆਂ ਪੁੱਛਦੀਆਂ ਵੀ ਤੇਰੇ ਬੱਚੇ ਕਿੱਡੇ ਕਿੱਡੇ ਹੋ ਗਏ ਅੱਛਾ ਜੀ ਮੈਂ ਕਿਹਾ ਐਡੇ ਐਡੇ ਹੋ ਗਏ ਉਹ ਕਹਿੰਦੇ ਵੀ ਐਡੇ ਐਡੇ ਤਾਂ ਹੋਏ ਐਡੇ ਐਡੇ ਕੀ ਹੋਏ ਮੈਂ ਕਿਹਾ ਵੀ ਰਾਤ ਨੂੰ ਜਾਣਾ ਵਾ ਸੁੱਤੇ ਪਿਆ ਨੂੰ ਦੇਣਾ ਐਡੇ ਐਡੇ ਪੈਣਾ ਐਡੇ ਐਡੇ ਘੱਟ ਹੀ ਵੇਖੀ ਦੇ ਕਾਈ ਜ਼ੋਰਦਾਰ ਤਾੜੀਆਂ ਬਹੁਤ ਵਧੀਆ ਗੱਲ ਕਿਹਾ ਬਾਤ ਥੈਂਕ ਯੂ ਸਰ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਜੀ ਕੀ ਨਾਮ ਜੀ ਆਪਦਾ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਹਾਂਜੀ ਕਿੰਨੇ ਕੁ ਦਰਸ਼ਨ ਕਰ ਲਏ ਲੋਕਾਂ ਨੇ ਸਾਰੇ ਦਿਨ ਦਰਸ਼ਨ ਹੀ ਕਰੀਦੇ ਸਾਰੇ ਦਿਨ ਦਰਸ਼ਨ ਹੀ ਕਰੀਦੇ ਠੀਕ ਹੈ ਜੀ ਜਦੋਂ ਆਪ ਜੀ ਦੇ ਲੋਕ ਦਰਸ਼ਨ ਕਰਦੇ ਨੇ ਕਿੱਦਾਂ ਵਧੀਆ ਲੱਗਦਾ ਫਿਰ ਉਦੋਂ ਬੜਾ ਚੋੜੇ ਹੋ ਜਾਈਦਾ ਪੂਰਾ ਪੂਰਾ ਚੋੜੇ ਹੋ ਜਾਈਦਾ ਠੀਕ ਹੈ ਲੋਕ ਦਰਸ਼ਨ ਕਰਨਾ ਹੈ ਜੀ ਜੀ ਤੇ ਵੈਸੇ ਕੀ ਕਰਦੇ ਆਪ ਜੀ ਡਰਾਈਵਰੀ ਕੀਤੀ ਜੀ 25-26 ਸਾਲ ਹੁਣ ਰਿਟਾਇਰਮੈਂਟ ਹੋਏ ਆ ਅੱਛਾ ਜੀ ਤੁਸੀਂ ਵੀ ਡਰਾਈਵਰੀ ਕੀਤੀ ਤੁਸੀਂ ਕਿਹੜੀ ਜਗ੍ਹਾ ਤੇ ਕੀਤੀ ਇੱਥੇ ਲੋਕਲ ਵੀ ਤੇ ਬਾਹਰ ਵੀ ਗੱਡੀ ਮਤਲਬ ਗੱਡੀ ਚਲਾਈਏ ਟਰੱਕ ਟਰੱਕ ਤੇ ਵੀ ਤੇ ਟੈਂਪੂ ਚਲਾਇਆ ਸੀ ਤੇ ਇੱਥੋਂ ਕਿਹੜੀ ਤੋਂ ਕਿਹੜੀ ਜਗ੍ਹਾ ਜਾਂਦੇ ਸੀ ਤੁਸੀਂ ਸਵਾਰੀਆਂ ਮੋਗਾ ਕੋਕਰੀ ਕੋਕਰੀ ਤੋਂ ਜਗਰਾਉਂ ਕੋਕਰੀ ਤੋਂ ਜਗਰਾਉਂ ਹਾਂਜੀ ਠੀਕ ਹੈ ਕਿੰਨੇ ਕਿਹੜੇ ਲਾਉਂਦੇ ਸੀ ਦਿਨ ਦੇ ਵਿੱਚ ਮੋਗੇ ਨੂੰ 4 ਲਾਉਂਦੇ ਸੀ ਜਗਰਾਉਂ ਨੂੰ 3 ਲਾਉਂਦੇ ਅੱਛਾ ਕਿਵੇਂ ਜੇ ਕੋਈ ਸਾਨੇ ਨਾਲ ਥੋੜੀ ਜਿਹੀ ਵਾਕਿਆ ਸਾਂਝਾ ਕਰੋਗੇ ਨਹੀਂ ਜੇ ਆਪਾਂ ਕਹਿੰਦੇ ਚਲ ਕੋਈ ਨਹੀਂ ਨਾ ਚੜਿਆ ਗੱਲ ਲੈਣਾ ਜਾਂ ਪੁਲਿਸ ਵਾਲੇ ਚੜ੍ਹ ਕੇ ਫਿਰ ਵੀ ਉਹਦਾ ਗਿਣਦੇ ਅੱਛਾ ਫਿਰ ਵੀ ਗਿਣਦੇ ਆ ਠੀਕ ਹੈ ਜੀ ਮਤਲਬ ਐਵੇਂ ਚੜ੍ਹ ਕੇ ਇਹਨਾਂ ਨੇ ਕਰਾਇਆ ਨਹੀਂ ਦਿੱਤਾ ਜੇ ਕੋਈ ਉਤਰ ਗਿਆ ਫਿਰ ਵੀ ਗਿਣਦੇ ਅੱਛਾ ਉਹ ਵੀ ਨਹੀਂ ਦਿੰਦੇ ਕਰਾਇਆ ਹੈ ਹਾਂਜੀ ਨਹੀਂ ਦਿੰਦੇ ਕਿ ਹਾਂਜੀ ਮੇਰੇ ਦੋਸਤੋ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਜੀ ਪਿੰਡ ਦੇ ਲੋਕ ਸਾਨੂੰ ਬਹੁਤ ਹੀ ਵਧੀਆ ਵਧੀਆ ਗੱਲਾਂ ਸੁਣਾ ਰਹੇ ਨੇ ਪਰ ਹੁਣ ਵਕਤ ਹੋ ਚੁੱਕਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਫਿਰ ਦੇਖਦੇ ਰਹਾਂਗੇ ਮਹਿਫਿਲ